ਗੁਰੂ ਬਿਆਰੀ ਸਾਹ ਸੰਗਤ ਜੀ, ਰਸਨਾ ਪਵਿੱਤਰ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਦਿਨਾਂ ਤੋਂ ਲਗਭਗ 1.5 ਸਾਲ ਹੋ ਗਿਆ ਤੋ ਸਬਜੈਕਟ ਜੋ ਤਿਆਰ ਕੀਤਾ, ਪੂਰੀ ਤਰ੍ਹਾਂ ਤਿਆਰੀ ਕਰਕੇ ਰੱਖੀ ਹੋਈ ਸੀ ਔਰ ਮਨ ਦੇ ਵਿੱਚ ਸੀ ਵੀ ਇਹ ਲੋਕਾਂ ਦੇ ਵਿੱਚ ਲੈ ਕੇ ਜਾਈਏ ਜਾਂ ਨਾ ਜਾਈਏ। ਤੋ ਸਬਜੈਕਟ ਗੁਰਮਤ ਵਿੱਚ ਕਰਮ ਫਿਲੋਸਫੀ, ਸਿੱਖ ਧਰਮ ਹੈ ਕੀ ਹੈ। ਤੋ ਬੜੀ ਅਜੀਬ ਜਿਹੀ ਗੱਲ ਲੱਗਦੀ ਹੋਣੀ ਹੈ ਸਾਰਿਆਂ ਨੂੰ ਵੀ ਇਹਦੀ ਕੀ ਲੋੜ ਆ, ਔਰ ਇਹਦੇ ਵਿੱਚ ਡਰਨ ਵਾਲੀ ਜਾਂ ਘਬਰਾਉਣ ਵਾਲੀ ਕਿਹੜੀ ਗੱਲ ਹੈ ਵੀ ਲੋਕਾਂ 'ਚ ਲੈ ਕੇ ਜਾਣਾ ਜਾਂ ਨਹੀਂ ਜਾਣਾ। ਤੋ ਜਿਸ ਵੇਲੇ ਆਪ ਜੀ ਸਰਵਣ ਕਰੋਗੇ ਤੇ ਸਮਝੋਗੇ ਵੀ ਵਾਕਿਆ ਡਰਨ ਵਾਲੀ ਘਬਰਾਉਣ ਵਾਲੀ ਗੱਲ ਹੈ ਕਿ ਜਾਣਕਾਰੀ ਸੱਚਾਈ ਜਿਸ ਵੇਲੇ ਸਾਹਮਣੇ ਆਉਂਦੀ ਹੈ ਤੇ ਬੰਦਾ ਜਿਹੜਾ ਹੈ ਉਹਦੇ ਵਿਸ਼ਵਾਸ, ਉਹਦੀ ਸੋਚ, ਉਹਨਾਂ 'ਤੇ ਕਿੰਨਾ ਪ੍ਰਭਾਵ ਪੈਂਦਾ। ਅੱਜ ਜੋ ਵੀ ਧਰਮ ਦੇ ਲੋਕ ਹੈ, ਜਿੰਨੇ ਵੀ ਧਰਮ ਆ, ਉਹਨਾਂ ਦੇ ਬਹੁਤਿਆਂ ਦੇ ਜਿਹੜੇ ਵਿਸ਼ਵਾਸ ਆ ਕਿਸੇ ਦੈਵੀ ਸ਼ਕਤੀ ਦੇ ਉੱਤੇ ਟਿੱਕੇ ਹੋਏ ਆ ਤੇ ਅੱਜ ਉਹ ਇਹੋ ਜਿਹੇ ਹਾਲਾਤ ਸਾਡੇ ਸਾਰਿਆਂ ਦੇ ਬਣੇ ਹੋਏ ਆ ਔਰ ਅਸੀਂ ਦੇਖ ਰਹੇ ਹਾਂ, ਆਵਾਜ਼ਾਂ ਮਾਰ ਰਹੇ ਹਾਂ, ਪੁਕਾਰ ਰਹੇ ਹਾਂ ਬਈ ਕੋਈ ਆਵੇ ਦੈਵੀ ਸ਼ਕਤੀ ਔਰ ਆਣ ਕੇ ਜਿਹੜੇ ਸਾਡੇ ਹਾਲਾਤ ਆ ਉਹਨਾਂ ਨੂੰ ਠੀਕ ਕਰੇ। ਔਰ ਚੈਲੇਂਜ ਵੀ ਕੀਤੇ ਜਾ ਰਹੇ ਆ, ਜਿਹੜੇ ਲੋਕ ਕਹਿੰਦੇ ਸੀ ਵੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ, ਉਸ ਤਰ੍ਹਾਂ ਕਰ ਸਕਦੇ ਹਾਂ, ਔਰ ਉਹਨਾਂ ਨੂੰ ਚੈਲੇਂਜ ਕੀਤਾ ਜਾ ਰਿਹਾ। ਅੱਜ ਵੀ ਅਖਬਾਰ ਦੇ ਵਿੱਚ ਲੇਖ ਆਇਆ ਹੋਇਆ ਸੀਗਾ, ਉਹਦੇ ਵਿੱਚ ਵੀ ਕਾਫੀ ਲਿਖਣ ਵਾਲੇ ਨੇ ਚੈਲੇਂਜ ਕੀਤਾ ਹੋਇਆ ਸੀ, ਮੈਂ ਫੇਸਬੁੱਕ 'ਤੇ ਸ਼ੇਅਰ ਵੀ ਕੀਤਾ ਉਹ। ਤੋ ਭਾਵ ਇਹ ਹੈ ਕਿ ਹਕੀਕਤ ਅਸਲੀਅਤ ਇਹੀ ਹੈ, ਪਰ ਸਾਡੇ ਵਿੱਚੋਂ ਬਹੁਤੇ ਜਿਹੜੇ ਆ ਉਹ ਇਸ ਹਕੀਕਤ ਨੂੰ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ। ਅੱਜ ਬਹੁਤੇ ਜਿਹੜੇ ਆ, ਅੱਜ ਜਿਹੜਾ 90% ਤਾਂ ਲੋਕ ਮੰਨ ਗਏ ਇਸ ਹਕੀਕਤ ਨੂੰ। ਹਾਂ, ਜਿਹੜੇ ਨਹੀਂ ਮੰਨਦੇ ਉਹ ਭੁਗਤੇ, ਉਹਨਾਂ ਨੇ ਭੁਗਤਣਾ ਵੀ ਪਿਆ ਉਹਨਾਂ ਨੂੰ। ਇੱਕ ਜਗ੍ਹਾ ਧਾਰਮਿਕ ਇਕੱਠ ਕੀਤਾ, ਉਹਨਾਂ ਨੇ ਸਮਝਿਆ ਕਿ ਵੀ ਕੋਈ ਦੈਵੀ ਸ਼ਕਤੀ, ਕਿਉਂਕਿ ਅਸੀਂ ਧਾਰਮਿਕ ਇਕੱਠ ਕੀਤਾ, ਕੋਈ ਦੈਵੀ ਸ਼ਕਤੀ ਜਿਹੜੀ ਹੈਗੀ ਆ ਉਹ ਸਾਨੂੰ ਬਚਾ ਲਏਗੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਆ ਵੀ ਸਾਨੂੰ ਵੀ ਕਈ ਵਾਰ ਕੋਈ ਸੱਜਣ ਕਹਿ ਦਿੰਦੇ ਆ ਬਈ ਧਰਮ ਦਾ ਕੰਮ ਕਰਨ ਤੁਰੇ ਹਾਂ ਅਤੇ ਪਰਮਾਤਮਾ ਤੁਹਾਡੀ ਰਾਖੀ ਕਰੇਗਾ ਅਤੇ ਕੋਈ ਐਸੀ ਗੱਲ ਨਹੀਂ ਹੈ। ਚਲੋ, ਪੋਜ਼ਿਟਿਵਿਟੀ ਲਿਆਉਣੀ ਜ਼ਰੂਰੀ ਹੁੰਦੀ ਆ ਅਤੇ, ਪਰ ਮੈਂ ਕਹਿ ਦਿੰਦਾ ਨਹੀਂ ਇਹ ਗੱਲ ਇਸ ਤਰ੍ਹਾਂ ਹੈ ਬਈ ਸਾਨੂੰ ਜਿਹੜੀ ਸਮਝ ਦਿੱਤੀ ਹੈ ਪਰਮਾਤਮਾ ਨੇ ਉਸਨੂੰ ਇਸਤੇਮਾਲ ਕਰਨਾ ਹੈ ਔਰ ਇਹ ਵੀ ਪਰਮਾਤਮਾ ਦੀ ਦੇਣ ਹੈ ਅਤੇ ਉਹਦੇ ਮੁਤਾਬਕ ਹੀ ਅਸੀਂ ਚੱਲਣਾ ਹੁੰਦਾ ਹੈ। ਤੋ ਇਹ ਚੀਜ਼ ਹੈ ਹਕੀਕਤ, ਅੱਜ ਸਾਰਿਆਂ ਦੀ ਸਮਝ ਆ ਗਈ ਆ। ਮੈਕਸੀਮਮ ਜਿਹੜੇ 2-4% ਹੈਗੇ ਆ ਉਹਨਾਂ ਨੂੰ ਵੀ ਹੁੰਦਾ ਇਹ ਆ ਵੀ ਇਨਸਾਨ ਨੂੰ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਆ ਹਕੀਕਤ ਸਮਝ ਆ ਜਾਂਦੀ ਆ। ਅਸੀਂ ਦੇਖਦੇ ਹਾਂ ਪਿੱਛੇ ਬੜੇ ਵਿਦਵਾਨ ਸੱਜਣ
ਜਿਹੜੇ ਕਿ ਗੁਰਬਾਣੀ ਜਿਨ੍ਹਾਂ ਦੀ ਨਸ ਨਸ ਦੇ ਵਿੱਚ ਭਰੀ ਹੋਈ ਸੀ, ਪਰ ਉਹ ਵੀ ਜਿਸ ਵੇਲੇ ਸੱਚ ਦਾ ਸਾਹਮਣਾ ਹੋਇਆ ਅਤੇ ਉਹ ਵੀ ਦਿਲ ਛੱਡ ਗਿਆ ਉਸ ਵੇਲੇ। ਉਹ ਜਿਹੜੀ ਅਡੋਲ ਅਵਸਥਾ ਅਸੀਂ ਕਹਿੰਦੇ ਹਾਂ ਅਡੋਲ ਅਵਸਥਾ, ਉਹ ਅਡੋਲ ਅਵਸਥਾ ਤੋਂ ਵੀ ਨਿਕਲ ਗਿਆ ਜੀ। ਇੰਨਾ ਗੁਰਬਾਣੀ ਪੜ੍ਹਨ ਵਾਲਾ ਗਾਉਣ ਵਾਲਾ ਬੰਦਾ ਵੀ ਆਪਣੀ ਅਵਸਥਾ ਤੋਂ ਹਿੱਲ ਸਕਦਾ ਅਤੇ ਆਮ ਇਨਸਾਨ ਦੀ ਤਾਂ ਗੱਲ ਹੀ ਹੈ। ਤੋ ਭਾਵ ਇਹ ਆ ਕਿ ਅਸੀਂ ਸਮਝਿਆ ਹੀ ਨਹੀਂ ਵੀ ਧਰਮ ਹੈ ਕੀ ਆ, ਧਰਮ ਦਾ ਮਤਲਬ ਕੀ ਆ। ਅਸੀਂ ਸਮਝੇ ਇਹੀ ਸਮਝਦੇ ਰਹੇ ਧਰਮ ਕੋਈ ਐਸੀ ਸ਼ਕਤੀ ਆ ਜਿਹੜੀ ਸਾਨੂੰ ਰੋਗਾਂ ਤੋਂ ਬਚਾ ਲਏਗੀ, ਸਾਡੇ ਵਿਗੜੇ ਹੋਏ ਕੰਮ ਕਰ ਦੇਗੀ। ਉਹ ਜੋ ਲਿਖਿਆ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਨੂੰ ਮਿਲਦਾ ਹੈ, ਉਹ ਸਾਡੇ ਵਿੱਚ ਪੋਜ਼ਿਟਿਵਿਟੀ ਲਿਆਉਣ ਲਈ ਲਿਖਿਆ ਪੈਗੰਬਰਾਂ ਨੇ, ਤਾਂ ਕਿ ਅਸੀਂ ਦਿਲ ਨਾ ਹਾਰ ਬੈਠੀਏ, ਅਸੀਂ ਦਿਲ ਨਾ ਛੱਡ ਦੇਈਏ, ਅਸੀਂ ਚਿੰਤਾ ਦੇ ਵਿੱਚ ਹੀ ਨਾ ਮਾਰੇ ਜਾਈਏ। ਤੋ ਇਸ ਕਰਕੇ ਸਾਰੇ ਰਹਿਬਰ ਹੋਏ ਆ ਜਿਨ੍ਹਾਂ ਨੇ ਵੀ, ਉਹਨਾਂ ਨੇ ਇਨਸਾਨ ਨੂੰ ਹੌਂਸਲਾ ਦੇਣ ਲਈ ਬੜੀਆਂ ਗੱਲਾਂ ਲਿਖ ਕੇ ਇਨਸਾਨ ਨੂੰ ਹੌਂਸਲਾ ਦਿੱਤਾ ਹੈ। ਤੋ ਗੁਰਮਤ ਵਿੱਚ ਕਰਮ ਫਿਲੋਸਫੀ ਬਾਰੇ ਜਾਣਨ ਲਈ ਮੈਂ ਕਈ ਵਿਦਵਾਨਾਂ ਨਾਲ ਗੱਲਬਾਤ ਕੀਤੀ, ਪਰ ਜ਼ਿਆਦਾਤਰ ਮੇਰੇ ਸਵਾਲ ਹੀ ਇਹੋ ਜਿਹੇ ਸਨ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਏ ਵੀ ਸਵਾਲ। ਅਤੇ ਕਈ ਵੱਡੇ ਵੱਡੇ ਵਿਦਵਾਨ ਮੇਰੇ ਨਾਲ ਇਸੇ ਗੱਲੋਂ ਨਾਰਾਜ਼ ਵੀ ਹੋ ਗਏ, ਪਰ ਕੁਝ ਜਿਹੜੇ ਖੋਜੀ ਕਿਸਮ ਦੇ ਵਿਦਵਾਨ ਆ ਉਹ ਜਿਹੜੇ ਉਹ ਮੇਰੇ ਸਵਾਲ ਸੁਣ ਕੇ ਬਹੁਤ ਖੁਸ਼ ਹੋਏ, ਕਿਉਂਕਿ ਆਮ ਤੌਰ 'ਤੇ ਜਿਹੜੇ ਸਵਾਲ ਪੁੱਛੇ ਜਾਂਦੇ ਆ ਔਰ ਉਹਨਾਂ ਤੋਂ ਹਟ ਕੇ ਸਵਾਲ ਸੀ ਮੇਰੇ ਜਿੰਨੇ ਵੀ ਸੀਗੇ, ਅਤੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਚਲੋ ਕੋਈ ਤਾਂ ਸਾਨੂੰ ਮਿਲਿਆ ਜਿਹੜਾ ਕੋਈ ਧਰਮ ਦੀ ਗੱਲ ਨੂੰ ਸਮਝਣਾ ਚਾਹੁੰਦਾ ਵੀ। ਅਤੇ ਉਹਨਾਂ ਨੇ ਜਿੱਥੋਂ ਤੱਕ ਹੋ ਸਕਿਆ ਆਪਣੇ ਵੱਲੋਂ ਉਹਨਾਂ ਨੇ ਜਵਾਬ ਵੀ ਦਿੱਤੇ ਆ। ਅਤੇ ਬਾਅਦ ਵਿੱਚ ਫਿਰ ਉਹਨਾਂ ਨੇ ਜੋ ਪ੍ਰਚਾਰ ਕੀਤਾ ਉਹਦੇ ਵਿੱਚ ਉਹ ਗੱਲਾਂ ਫਿਰ ਦੁਹਰਾਈਆਂ ਵੀ ਗਈਆਂ, ਉਹਨਾਂ ਵੱਲੋਂ ਦੁਹਰਾਈਆਂ ਜਾਂਦੀਆਂ ਰਹੀਆਂ। ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ, ਇੱਕ ਸਵਾਲ ਮੇਰਾ ਹੁੰਦਾ ਸੀ ਵੀ ਗੁਰਬਾਣੀ ਦੇ ਵਿੱਚ ਲਿਖਿਆ, ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਵੀ ਜਿਹੜਾ ਧਰਮ ਦੇ ਰਸਤੇ ਦੇ ਉੱਤੇ ਚੱਲਦਾ ਹੈ ਉਹ ਸੁਖੀ ਰਹਿੰਦਾ ਹੈ, ਦੁੱਖ ਉਸਦੇ ਨੇੜੇ ਨਹੀਂ ਆਉਂਦੇ। ਪਰ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਧਰਮੀ ਲੋਕ ਹੈ ਉਹ ਬੜੇ ਦੁਖੀ ਆ, ਬੜੀਆਂ ਰੋਗਾਂ 'ਚ, ਬੜੀਆਂ ਬਿਮਾਰੀਆਂ ਉਹਨਾਂ ਨੂੰ ਲੱਗੀਆਂ ਹੋਈਆਂ ਵੀ ਇਹ ਕੀ ਕਾਰਨ ਆ। ਸਟੇਜ ਦੇ ਉੱਤੋਂ ਬਹੁਤੇ ਪ੍ਰਚਾਰਕ ਜਿਹੜੇ ਆ ਉਹ ਇਹ ਗੱਲ ਕਰਦੇ ਹਨ ਧਰਮ ਦੇ ਰਸਤੇ ਦੇ ਉੱਤੇ ਚੱਲੋਂਗੇ, ਸੁਖੀ ਰਹੋਗੇ, ਖੁਸ਼ ਰਹੋਗੇ, ਆਨੰਦ ਮਾਣੋਗੇ। ਅਤੇ ਬਹੁਤ ਸਾਰੇ ਉਹ ਆਪਣੇ ਆਪਣੇ ਧਰਮ ਦੇ ਬਾਣੀ ਦੇ ਪ੍ਰਮਾਣ ਵੀ ਦਿੰਦੇ ਆ ਅਤੇ ਸਾਡੇ ਵਿਦਵਾਨ ਵੀ ਦਿੰਦੇ ਆ। ਅਤੇ ਪਰ ਜੋ ਹੈ ਅਸਲੀਅਤ ਦੇ ਵਿੱਚ ਐਗਜ਼ਾਮਪਲਾਂ ਬਹੁਤ ਹਨ, ਪਿਛਲੇ ਦਿਨਾਂ ਦੀ ਐਗਜ਼ਾਮਪਲ ਵੀ ਭਾਈ ਸਾਹਿਬ ਦੀ ਆਪਾਂ ਨੂੰ ਮਿਲ ਗਈ ਹੈ। ਤੋ ਹੋਰ ਵੀ ਬਹੁਤ ਹੈ, ਇੱਕ ਬੀਬੀ ਜੀ ਵਿਦਵਾਨ ਬੀਬੀ ਜੀ ਮੈਂ ਦੇਖਿਆ ਫੇਸਬੁੱਕ ਦੇ ਉੱਤੇ, ਇੰਨਾ ਉਹਨਾਂ ਦੇ ਜਾਣ ਦੇ ਉੱਤੇ ਇੰਨਾ ਅਫਸੋਸ ਔਰ ਇੰਨਾ ਪਿਆਰ ਜਤਾਇਆ ਗਿਆ ਸੰਗਤਾਂ ਵੱਲੋਂ, ਜਿਹੜੇ ਵੀ ਇੱਕ ਪ੍ਰੇਮ ਦੀ ਮੂਰਤ ਸੀਗੇ, ਗੁਰਬਾਣੀ ਉਹਨਾਂ ਦੀ ਨਸ ਨਸ 'ਚ ਭਰੀ ਹੋਈ ਸੀ ਔਰ ਸੇਵਾ ਉਹਨਾਂ ਦੀ ਨਸ ਨਸ 'ਚ ਭਰੀ ਹੋਈ ਸੀ। ਕੈਂਸਰ ਦੇ ਰੋਗ 'ਚ ਜਕੜੇ ਗਏ,
ਬਹੁਤ ਐਗਜ਼ਾਮਪਲਾਂ, ਇੱਕ ਨਹੀਂ ਬਹੁਤ ਐਗਜ਼ਾਮਪਲਾਂ ਇਹੋ ਜਿਹੀਆਂ ਹੈਗੀਆਂ ਵੀ। ਔਰ ਉਹ ਫਿਰ ਜਿਸ ਵੇਲੇ ਅੱਗੇ ਜਿਹੜੇ ਗੁਰਮਤਿ ਦੀ ਗੱਲ ਕਰਨ ਵਾਲੇ ਬੰਦੇ ਆ ਉਹਨਾਂ ਨੇ ਜਦੋਂ ਅੱਗੇ ਪ੍ਰਚਾਰ ਕੀਤਾ ਤੇ ਫਿਰ ਉਹਨਾਂ ਦੇ ਪ੍ਰਚਾਰ ਦੇ ਵਿੱਚ ਇਹ ਗੱਲ ਆਉਣੀ ਸ਼ੁਰੂ ਹੋ ਗਈ ਵੀ ਧਰਮ ਨੂੰ ਮੰਨਣ ਦਾ ਅਰਥ ਇਹ ਨਹੀਂ ਹੈ ਵੀ ਤੁਹਾਨੂੰ ਕੋਈ ਦੁੱਖ ਨਹੀਂ ਲੱਗਣਾ ਹੈ ਜਾਂ ਤੁਹਾਨੂੰ ਕੋਈ ਤਕਲੀਫ ਨਹੀਂ ਆਉਣੀ ਹੈ। ਇਹ ਜਿਹੜੀ ਕੁਦਰਤ ਹੈ ਉਹਦੇ ਵਿੱਚ ਜਿਸ ਤਰ੍ਹਾਂ ਨਾਲ ਅਸੀਂ ਚੱਲਦੇ ਹਾਂ ਉਹਦੇ ਮੁਤਾਬਕ ਸਾਨੂੰ ਦੁੱਖ ਸੁੱਖ ਹੁੰਦੇ ਆ। ਤੇ ਚਲੋ ਕਈ ਐਗਜ਼ਾਮਪਲਾਂ ਕਈ ਗੱਲਾਂ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀਆਂ। ਤੋ ਬਾਕੀ ਜਿਹੜੇ ਹੈ ਉਹ ਨਾਰਾਜ਼ ਹੋ ਗਏ ਮੇਰੇ ਕੋਲੋਂ ਇਸ ਗੱਲਾਂ ਇਹਨਾਂ ਗੱਲਾਂ ਤੋਂ। ਹੋਰ ਵੀ ਕਈ ਸਵਾਲ ਹੈ ਜਿਹਨਾਂ ਤੋਂ ਨਾਰਾਜ਼ ਹੋਏ, ਚਲੋ ਉਹ ਸਾਰੇ ਸਵਾਲ ਵਿੱਚ ਆਉਣਗੇ, ਇਹਦੇ ਵਿੱਚ ਉਹਨਾਂ ਦੇ ਜਵਾਬ ਵੀ ਆਪਾਂ ਦੇਖਾਂਗੇ ਸਮਝਾਂਗੇ। ਤੋ ਇਹ ਹੈ ਕਿ ਆਮ ਸਿੱਖ ਨੂੰ ਤਾਂ ਸਿਰਫ ਭਾਰਤ ਵਰਸ਼ ਵਿੱਚ ਮੰਨੀ ਜਾਂਦੀ ਜਿਹੜੀ ਖਰਾ ਫਲੋਸਫੀ ਆ ਉਹਦੀ ਜਾਣਕਾਰੀ ਹੈ, ਤੇ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਸਾਡੇ ਵੀ ਵਿਦਵਾਨ ਆ ਉਹ ਇਸੇ ਕਰਮ ਫਲੋਸਫੀ ਨੂੰ ਮੰਨਦੇ ਹਨ ਤੇ ਇਸੇ ਦੇ ਮੁਤਾਬਕ ਉਹ ਪ੍ਰਚਾਰ ਕਰਦੇ ਹਨ। ਪਰ ਸਿੱਖ ਧਰਮ ਦੀ ਕਰਮ ਫਲੋਸਫੀ ਅਲੱਗ ਹੈ, ਇਹਨਾਂ ਨਾਲੋਂ ਅਲੱਗ ਹੈ, ਇਹ ਨਹੀਂ ਵੀ ਉਹੀ ਹੈ। ਇਸੇ ਲਈ ਮੈਨੂੰ ਇਸ 'ਤੇ ਖੋਜ ਕਰਨੀ ਪਈ ਤੇ ਬਹੁਤ ਕੁਝ ਪ੍ਰਾਪਤ ਵੀ ਹੋਇਆ ਤੇ ਬਾਕੀ ਜੋ ਨਹੀਂ ਹੈ ਤਾਂ ਬਾਕੀ ਰਹਿ ਗਿਆ ਜੋ ਉਹ ਵੀ ਪ੍ਰਾਪਤ ਹੋ ਜਾਏਗਾ ਸਾਰਿਆਂ ਦੇ ਸਹਿਯੋਗ ਨਾਲ। ਸਿੱਖ ਧਰਮ ਦੀ ਕਰਮ ਫਲੋਸਫੀ ਅਸਲ ਵਿੱਚ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਵਿੱਚ ਪ੍ਰਗਟ ਹੁੰਦੀ ਹੈ, ਭਾਵ ਅਸੀਂ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਹੀ ਨਹੀਂ ਜਾਣਦੇ। ਜੇਕਰ ਕੋਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਲੈਣਾ ਚਾਹੁੰਦਾ ਤੇ ਜੋ ਕਿਤਾਬਾਂ ਇਸ ਸੰਬੰਧੀ ਮਿਲਦੀਆਂ ਹਨ ਉਹਨਾਂ ਵਿੱਚ ਦਿੱਤਾ ਗਿਆ ਗਿਆਨ ਸਿਰਫ ਬੱਚਿਆਂ ਲਈ ਹੀ ਹੈ, ਜਿਵੇਂ ਗੁਰੂ ਸਾਹਿਬਾਨ ਦੇ ਨਾਂ ਕੀ ਹੈ, ਪੰਜ ਪਿਆਰਿਆਂ ਦੇ ਨਾਮ ਕੀ ਹੈ, ਪੰਜ ਤਖ਼ਤ ਕੀ ਹੈ, ਸਾਹਿਬਜ਼ਾਦਿਆਂ ਦੇ ਨਾਮ ਆਦਿ, ਇਸ ਤਰੀਕੇ ਦੀ ਜਾਣਕਾਰੀ ਜਿਹੜੀ ਆ